ਅਗਰ ਕੋਈ ਕਬੂਤਰ ਮੈਡੀਸਨ ਦੀ ਜ਼ਿਆਦਤੀ ਦੀ ਵਜ੍ਹਾ ਤੋਂ ਜਾਂ ਕਬੂਤਰ ਕਪੈਸਿਟੀ ਜ਼ਿਆਦਾ ਉੜ ਜਾਂਦਾ ਅਤੇ ਉਹ ਮੌਤ ਵਾਲੇ ਪਾਸੇ ਚਲੇ ਜਾਂਦਾ, ਤੁਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਬੇਯਕੀਨ ਹੋ ਜਾਂਦੇ ਹੋ ਕਿ ਬਚੇਗਾ ਨਹੀਂ। ਇੱਕ ਚੂੰਡੀ ਤਰਸਲੇ ਦੀ, ਔਲਾ ਹਰੇੜੇ ਬਿਹੇੜਾ, ਇੱਕ ਪਾਈਆ ਪਾਣੀ 'ਚ ਉਬਲਣਾ ਰੱਖ ਦਿਓ, ਪਾਈਆ ਪਾਣੀ 'ਤੇ ਇੱਕ ਚੂੰਡੀ ਤਰਸਲੇ ਦੀ ਪਾ ਦਿਓ, ਇੱਕ ਚੂੰਡੀ ਸੁੰਡ ਦੀ ਪਾ ਦਿਓ, ਕੱਪੜ ਛਾਣ ਕੀਤੀ, ਚਾਰ ਚੀਜ਼ਾਂ ਹੋ ਗਈਆਂ। ਜਾਂ ਪਹਿਲਾਂ ਬਣਾ ਕੇ ਰੱਖ ਲਓ, ਤੋਲਾ ਆਮਲਾ, ਤੋਲਾ ਬਿਹੇੜਾ, ਤੋਲਾ ਹਰਣ ਅਤੇ ਤੋਲਾ ਤੋਲਾ ਸੁੰਡ ਕੁੱਟ ਕੇ ਬਣਾ ਕੇ ਰੱਖਿਆ ਹੋਵੇ, ਕਿਉਂਕਿ ਗੋਲੀ ਦਿਨੋਂ ਹਟਣਾ ਤੁਸੀਂ ਹੈ ਨਹੀਂ, ਠੰਡਾ ਨੁਕਾ ਗਰਮ ਹੀ ਦੇਣਾ। ਜਦੋਂ ਕਬੂਤਰ ਬੱਤੀ ਛਿੱਤੀ ਕਰਕੇ ਇੱਕ ਅੱਧੀ ਨੋਗ ਲੱਗੀ, ਦੇਖੀ ਵੀ ਠੀਕ ਆ, ਅਤੇ ਇਹਨੂੰ ਵਿਸ਼ਾ ਅਗਰ ਅਗਲੇ ਨੂੰ ਕਹਾਂ ਸਾਰਾ ਪੀ ਲਾ ਤੂੰ, ਅੱਲਾ ਦੇ ਹੁਕਮ ਨਾਲ ਪਾਣੀ, ਉਹ ਕੌਲੀ 'ਚ ਰਹਿਣਾ, ਉਹ ਪਾਈ ਡੇਢ ਪਾਣੀ ਵੀ ਉਹਨੇ ਪੀ ਜਾਣਾ, ਘੋੜੇ ਵਰਗਾ ਹੋ ਜਾਣਾ। ਇਹ ਅੱਲਾ ਪਾਕ ਦੀ ਇੱਕ ਐਸੀ ਇੱਕ ਸੁੰਡ ਦਾ ਅਤੇ ਇਹਦਾ ਜੋਧ ਇਹ ਆ ਕਿ ਇਹ ਤਿਰਫਲਾ ਇਹ ਮੋਦਲ ਸੀ, ਲੇਕਿਨ ਸੁੰਡ ਇਹਦੀ ਉਹ ਹਰਾਰਤ ਗੁਰੇ ਦੀ ਆ, ਅੰਦਰ ਹੀਟ ਪੈਦਾ ਕਰੇਗਾ ਤਾਂ ਬਚੇਗਾ, ਜੇ ਜਿੱਥੇ ਠਰ ਗਿਆ ਉਹ ਤਾਂ ਮਰ ਗਿਆ। ਸੁੰਡ ਪਾਉਣ ਦਾ ਸਿਰ ਮਕਸਦ ਹੀ ਬਚਾਉਣ ਦਾ, ਤਿਰਫਲਾ ਅਤੇ ਸੁੰਡ ਇਕੱਠਾ ਕਰਕੇ ਕੂਤਰ ਨੂੰ ਬਾਇਲ ਕਰਕੇ ਠੰਡਾ ਕਰਕੇ ਪਾਣੀ 'ਚ ਦਿਓ, ਇਨਸ਼ਾਅੱਲਾ ਕੂਤਰ ਤੁਹਾਡਾ ਪਛਕਾਰੀਆਂ ਮਾਰੇਗਾ, ਬਲਕਿ ਰਾਤ ਚਲੇ ਜਾਓ ਵਿਸ਼ਾ ਘਰ ਨੂੰ, ਸਵੇਰੇ ਆਓਗੇ ਤਾਂ ਬਿੱਠਾ ਨਾ ਭਰਿਆ ਹੋਊਗਾ ਥੱਲੇ ਜੋੜ।